ਸਾਡਾ ਬਹੁਤ ਹੀ ਪਿਆਰਾ ਵੀਰ ਸਿੱਧੂ ਮੂਸੇਵਾਲਾ। ਇਹ ਕਰਤਾਲੀ ਲਾਓ ਯਾਰ, ਉਹਦੇ ਨਾਂ ਤੇ ਘੱਟ ਰੱਖਿਓ ਮਣੀ ਜੀ ਵਾਲੀ। ਕਹਿੰਦੇ ਆ ਮੇਲੇ ਤੁਰ ਜਾਣ ਤੋਂ ਬਾਅਦ ਹੀ ਲੱਗਦੇ ਆ, ਉਹਦੇ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਉਹ ਬੰਦਾ ਕੀ ਸੀ। ਬਹੁਤ ਸਾਰੇ ਸੀ ਜਿਹੜੇ ਕਹਿੰਦੇ ਸੀ ਵੀ ਯਾਰ ਇਹ ਕੀ ਗਾਈ ਜਾਂਦਾ, ਇਹ ਕਿੱਦਾਂ ਗਾਈ ਜਾਂਦਾ, ਪਰ ਉਹ ਸਾਡੀ ਪੰਜਾਬੀ ਮਾਂ ਬੋਲੀ ਨੂੰ ਉੱਥੇ ਤੱਕ ਲੈ ਕੇ ਗਿਆ ਜਿੱਥੇ ਤੱਕ ਕੋਈ ਬਾਲੀਵੁੱਡ ਦਾ ਕਲਾਕਾਰ ਵੀ ਅੱਜ ਤੱਕ ਨਹੀਂ ਪਹੁੰਚਿਆ। ਤੇ ਸਲੂਟ ਹੈ ਉਸ ਮਾਂ ਨੂੰ ਜਿਹਨੇ ਇਹੋ ਜਿਹਾ ਪੁੱਤ ਜੰਮਿਆ, ਉਸ ਪਿਓ ਨੂੰ। ਅਸੀਂ ਕਹਿੰਦੇ ਆ ਫੋਕੀ ਮੈਂ ਹੀ ਹੈ, ਕਾਰਾਂ ਕੋਠੀਆਂ ਅਹੁਦਿਆਂ ਨਾਲ ਬੰਦਾ ਕਦੇ ਵੱਡਾ ਨਹੀਂ ਹੁੰਦਾ, ਬੰਦਾ ਆਪਣੀ ਸੋਚ ਨਾਲ ਵੱਡਾ ਹੁੰਦਾ ਹਮੇਸ਼ਾ। ਉਹਨੇ ਹਵੇਲੀ ਬਣਾਈ, 6 ਫੁੱਟ ਦਾ ਉਹਦਾ ਕੱਦ ਸੀ, ਸਾਰੀ ਹਵੇਲੀ ਆਪਣੇ ਹੱਥੀਂ ਤਿਆਰ ਕੀਤੀ, ਉੱਥੇ ਰਹਿ ਕੇ ਬਣਾਈ। ਤੁਸੀਂ ਸੋਚਿਓ ਕਿੱਡਾ ਵੱਡਾ ਘੱਟ ਹੈ। ਅਸੀਂ 4 ਕੁ ਦਿਨ ਰੌਲਾ ਪਾਵਾਂਗੇ ਵੀ ਸਿੱਧੂ ਮੂਸੇਵਾਲਾ ਚਲਾ ਗਿਆ, ਬੜਾ ਦੁੱਖ ਹੋਇਆ, ਮਾੜਾ ਹੋਇਆ ਸਾਰੇ, ਪਰ ਜੋ ਅਸਲ ਦੁੱਖ ਹੋਇਆ ਉਹਦੇ ਮਾਂ ਪਿਓ ਨੂੰ ਹੋਇਆ, ਉਹਨਾਂ ਨੂੰ ਪਤਾ ਕਿ ਉਹਨਾਂ ਨੇ ਕੀ ਖੋਇਆ। ਜਦੋਂ ਅੱਜ ਉਸ ਹਵੇਲੀ ਦੇ ਵਿੱਚ ਉਹ ਦੇਖਦੇ ਹੋਣਗੇ ਕਿ ਉਹ 6 ਫੁੱਟ ਦਾ ਪੁੱਤ ਕਦੇ ਦਿਖਣਾ ਹੀ ਨਹੀਂ, ਕਦੇ ਲੱਭਣਾ ਹੀ ਨਹੀਂ, ਤੇ ਉਹ ਕਿੱਡਾ ਵੱਡਾ ਦੁੱਖ ਹੈ। ਉਸ ਤੋਂ ਵੱਡੀ ਦਲੇਰੀ ਉਹਦੇ ਮਾਂ ਪਿਓ ਦੀ, ਉਸ ਪਿਓ ਦੀ ਜਿਹੜਾ ਆਪਣੇ ਜਵਾਨ ਪੁੱਤ ਦੀ ਅਰਥੀ ਚੱਕੀ ਜਾਂਦਾ, ਬਹੁਤ ਵੱਡੀ ਦਲੇਰੀ ਹੈ, ਬਹੁਤ ਵੱਡੀ। ਫਿਰ ਉਹਦੇ ਭੋਗ ਤੇ ਬੋਲਣਾ, ਬੇਬੇ ਨੇ ਕਿਹਾ ਬੂਟਾ ਜ਼ਰੂਰ ਲਾਇਓ ਇੱਕ, ਕਿਉਂਕਿ ਉਸ ਬੂਟੇ ਦੇ ਸਾਵਾਂ ਨੇ ਤੁਹਾਡੇ ਜਵਾਕਾਂ ਨੂੰ ਸਾਹ ਦੇਣਾ, ਉਸ ਬੂਟੇ ਨੇ। ਸੋ ਸਾਰਿਆਂ ਨੂੰ ਮੇਰੇ ਵੱਲੋਂ ਵੀ ਹੱਥ ਬੰਨ ਕੇ ਬੇਨਤੀ ਹੈ ਕਿ ਇੱਕ ਬੂਟਾ ਜ਼ਰੂਰ ਲਾਇਓ, ਉਹਨੂੰ ਪਾਲਿਓ ਜ਼ਰੂਰ।
ਉਹ ਛੱਲਾ ਤੇਰੀ ਪੂਰੇ ਬੇ ਵਤਨ ਮਾਹੀ ਦਾ ਪੂਰੇ ਬੇ ਜਾਣਾ ਪਹੀਏ ਪੂਰੇ ਬੇ ਗੱਲ ਸੁਣ ਛੱਲਿਆ ਉਹ ਛੋਰਾ ਬੇ ਕਾਦਾ ਲਾਇਆ ਈ ਚੋਰਾ ਤੇਰੇ ਇਸ਼ਕ ਨੇ ਪਾ ਲਈ ਖਿੱਚ ਸਾਈਆਂ ਸੁਰਤ ਭੁੱਲ ਗਈ ਸੁਰਤ ਗਵਾ ਬੈਠੀ ਦਿਲ ਦਰਦਾ ਮਾਰ ਮੁਕਾਇਆ ਕੈਸਾ ਰੋਗ ਮੈਂ ਚੰਦਰਾ ਲਾ ਬੈਠੀ ਕੈਸਾ ਰੋਗ ਮੈਂ ਚੰਦਰਾ ਲਾ ਬੈਠੀ
ਜਵਾਕ ਜਦੋਂ ਗੋਦੀ ਚੱਕਦੇ ਆ, ਜਦੋਂ ਮਾਂ ਜਵਾਕ ਨੂੰ ਗੋਦੀ ਚੱਕਦੀ ਹੈ, ਇੱਥੇ ਲੱਕ ਨਾਲ ਚੱਕਦੀ ਹੈ? ਤਾੜੀ ਮਾਰ ਕੇ ਦੱਸੋ, ਸਹੀ ਗੱਲ ਹੈ? ਇੱਥੇ ਲੱਕ ਨਾਲ ਚੱਕਦੀ ਹੈ ਕਿ ਚੱਲ ਆ ਤੈਨੂੰ ਮੇਲਾ ਦਿਖਾ ਕੇ ਲਿਆਵਾਂ, ਕਿਉਂਕਿ ਉਹ ਇੱਥੇ ਤੱਕ ਦੇਖ ਸਕੀ ਹੈ।
ਉਹ ਇੱਥੇ ਤੱਕ ਦੇਖ ਸਕੀ ਹੈ। ਤੇ ਪਿਓ ਕਿਹੜਾ ਕਿਹੜਾ ਬੈਠਿਆ ਬਾਪੂ ਦੇ ਮੋਢਿਆਂ ਤੇ, ਚੱਕੋ ਹੱਥ ਤਾਂ ਨੂੰ ਫਿਰ ਮਾਰੋ ਤਾੜੀ ਬਾਪੂ ਦੇ ਨਾਂ ਦੀ। ਉਹ ਤੁਹਾਨੂੰ ਮੋਢਿਆਂ ਤੇ ਪਤਾ ਕਿਉਂ ਬਿਠਾਉਂਦਾ? ਉਹ ਕਹਿੰਦਾ ਇੱਥੇ ਤੱਕ ਮੈਂ ਦੇਖੀ ਆ ਦੁਨੀਆ, ਇਹ ਉੱਤੋਂ ਮੇਰੇ ਤੋਂ ਵੀ ਵੱਧ ਦੇਖ ਕੇ ਜਾਵੇ ਉਹ ਤਾਂ ਬਿਠਾਉਂਦਾ ਤੁਹਾਨੂੰ। ਸੋ ਉਸ ਮਾਂ ਲਈ ਕਹਿਣਾ ਚਾਹੂੰਗਾ, ਸਾਡਾ ਵੀਰ ਦੀਪ ਸਿੱਧੂ, ਸਿੱਧੂ ਮੂਸੇ ਵਾਲਾ, ਉਹਨਾਂ ਮਾਵਾਂ ਲਈ ਕਹਿਣਾ ਚਾਹੂੰਗਾ, ਬੂਹੇ ਭੇੜ ਕੇ ਬੂਹੇ ਭੇੜ ਕੇ ਰੋਂਦੀਆਂ ਨੇ ਮਾਵਾਂ ਜਿੰਨਾਂ ਦੇ ਪੁੱਤ ਤੁਰ ਕੇ ਦੁਨੀਆ ਤੋਂ, ਬੂਹੇ ਭੇੜ ਕੇ ਰੋਂਦੀਆਂ ਨੇ ਮਾਵਾਂ ਜਿੰਨਾਂ ਦੇ ਪੁੱਤ ਤੁਰ ਕੇ ਦੁਨੀਆ ਤੋਂ, ਬੂਹੇ ਭੇੜ ਕੇ ਰੋਂਦੀਆਂ ਨੇ ਮਾਵਾਂ ਜਿੰਨਾਂ ਦੇ ਪੁੱਤ ਤੁਰ ਕੇ ਦੁਨੀਆ ਤੋਂ। ਕੀਨੂੰ ਕੀਨੂੰ ਦੱਸ, ਕੀਨੂੰ ਕੀਨੂੰ ਦੱਸ ਹਾਲ ਸੁਣਾ, ਤੁਰ ਕੇ ਦੁਨੀਆ ਤੋਂ, ਬੂਹੇ ਭੇੜ ਕੇ ਰੋਂਦੀਆਂ ਨੇ ਮਾਵਾਂ ਜਿੰਨਾਂ ਦੇ ਪੁੱਤ ਤੁਰ ਕੇ ਦੁਨੀਆ ਬਾਪੂ ਵੱਲੋਂ ਸਿੱਧੂ ਨੂੰ ਹੈ। ਉਹ ਗਿਆ ਨਹੀਂ ਕਿਤੇ, ਸਾਡੇ ਚ ਹੈ। ਕੀ ਕਹਿੰਦਾ? ਉਹ ਛੱਲਾ ਮੁੜ ਕੇ ਨਹੀਂ ਆਇਆ, ਛੱਲਾ ਮੁੜ ਕੇ ਨਹੀਂ ਆਇਆ, ਛੱਲਾ ਮੁੜ ਕੇ ਨਹੀਂ ਆਇਆ, ਵੇ ਰੋੜਾ ਉਮਰਾਂ ਦਾ ਲਾਇਆ, ਵੇ ਮੱਲਿਆ ਦੇਸ ਪਰਾਇਆ, ਵੇ ਮੱਲਿਆ ਦੇਸ ਪਰਾਇਆ, ਵੇ ਰੋੜਾ ਪੱਲੇ ਪਾਇਆ, ਵੇ ਰੋੜਾ ਪੱਲੇ ਪਾਇਆ, ਸੁਣ ਛੱਲਿਆ ਵੇ ਚੱਲਿਆ ਵੇ ਦੱਸ ਤੇਰੇ ਕੀ ਵੇ ਪੱਲਿਆ।
ਰੋਣਾ ਦੱਸਿਆ ਮੈਂ ਜਦੋਂ ਸਾਡਾ ਕੁਛ ਹੈ ਹੀ ਨਹੀਂ ਫਿਰ ਕਾਹਦਾ ਰੋਣਾ ਇਹ ਤਾਂ ਵਜਾਵਾਂ ਅਸੀਂ ਸਾਜਿਆ ਹੋਇਆ ਆ ਮੇਰਾ ਚਾਚਾ ਆ ਮੇਰਾ ਤਾਇਆ ਆ ਮੇਰਾ ਬਾਪੂ ਆ ਮੇਰੀ ਬੇਬੇ ਆ ਮੇਰਾ ਭਰਾ ਆ ਮੇਰੀ ਭੈਣ ਇਹ ਤਾਂ ਅਸੀਂ ਸਾਜਿਆ ਹੋਇਆ ਘੱਟ ਰੱਖਿਓ ਮੜੀ ਕਿਉਂ ਕਿਉਂਕਿ ਸ਼ੁਕਰ ਨਹੀਂ ਕੀਤਾ ਕਦੇ ਬਹੁਤ ਥੋੜੇ ਆ ਜਿਹੜੇ ਕਰਦੇ ਆ ਇੱਥੇ ਕੀ ਕਹਿੰਦਾ ਕਹਿੰਦਾ ਇਹ ਜਾਣਦੇ ਹਾਂ ਇਸ ਦੁਨੀਆਂ ਨੂੰ ਇੱਕ ਤੂੰ ਹੀ ਰਿਹਾ ਚਲਾ ਰੱਬਾ ਅਸੀਂ ਕਿੰਨੇ ਵੇਖ ਨਾ ਸ਼ੁਕਰੇ ਆ ਤੈਨੂੰ ਛੱਡਿਆ ਦਿਲੋਂ ਭੁਲਾ ਰੱਬਾ ਦੁਨੀਆਂ ਦੇ ਚੱਪੇ ਚੱਪੇ ਖੰਡੀ ਬ੍ਰਹਿਮੰਡੀ ਰਾਜ ਤੇਰਾ ਤੇਰੇ ਹੁਕਮ ਤੇ ਦੁਨੀਆਂ ਵਸਦੀ ਏ ਸਾਹ ਇੱਕ ਇੱਕ ਹੈ ਮੁਖਤਾਜ ਤੇਰਾ ਕਾਇਨਾਤ ਦਾ ਮਾਲਕ ਤੂੰ ਇੱਕੋ ਉਂਝ ਰੱਖੇ ਤੇਰੇ ਨਾਮ ਬੜੇ ਤੂੰ ਪਾਕ ਹੈ ਆਪ ਜੁਗਾ ਤੋਂ ਹੀ ਤੇਰੇ ਬੰਦਿਆਂ ਤੇ ਇਲਜ਼ਾਮ ਬੜੇ ਤੇਰੇ ਤੱਕ ਤਾਂ ਇੱਕੋ ਜਾਂਦਾ ਹੈ ਅਸਾਂ ਕਈ ਬਣਾ ਲਏ ਰਾਹ ਰੱਬਾ ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾਂ ਤੈਨੂੰ ਛੱਡਿਆ ਦਿਲੋਂ ਭੁਲਾ ਰੱਬਾ ਰਸਤਾ ਇੱਕੋ ਹੀ ਹੈ ਇੱਕੋ ਹੀ ਹੈ ਰੂਪ ਅਲੱਗ ਅਲੱਗ ਧਾਰੇ ਹੋਏ ਆ ਕਿਉਂਕਿ ਉਹਨੇ ਵੀ ਖੇਡਾਂ ਖੇਡੀਆਂ ਹੋਈਆਂ ਨੇ ਵੀ ਦੇਖਾਂ ਇਹ ਕਿੱਦਾਂ ਪਛਾਣਦਾ ਮੈਨੂੰ ਉਹ ਕਹਿੰਦਾ ਕਿਸ ਬਾਤ ਕਾ ਰੋਣਾ ਹੈ ਜਦੋਂ ਜਵਾਕ ਹੁੰਦਾ ਸਾਰੇ ਖੁਸ਼ੀਆਂ ਮਨਾਉਂਦੇ ਨੇ ਜੀ ਜਵਾਕ ਹੋਇਆ ਜਵਾਕ ਹੋਇਆ ਜਵਾਕ ਜਦੋਂ ਜਾਣ ਲੱਗਦਾ ਉਹਨੂੰ ਕਹਿੰਦਾ ਛੇਤੀ ਕਰੋ ਯਾਰ ਨਵਾਓ ਤੋਰੋ ਬਾਹਰ ਕੱਢੋ ਕਿਰਿਆ ਕਰਮ ਕਰਿਆ ਚਲੋ ਜੀ ਨਿਬੜਿਆ ਕੰਮ ਭੋਗ ਕਦੋਂ ਹੈ ਜੀ ਪਾਇਆ ਚਲੋ ਜੀ ਬੰਦਾ ਹੋ ਗਿਆ ਹੋ ਗਿਆ ਹੋ ਗਿਆ ਰਹਿ ਕੀ ਗਿਆ ਪਿੱਛੇ ਜੋ ਤੁਸੀਂ ਕੀਤੀਆਂ ਇੱਥੇ ਚੰਗੀਆਂ ਮਾੜੀਆਂ ਜਿਹੜੀਆਂ ਲੋਕ ਬਾਅਦ 'ਚ ਕਰਦੇ ਆ ਪਿਆਰ ਕਰਿਆ ਕਰੋ ਸਾਰਿਆਂ ਨੂੰ ਜੇ ਕਿਸੇ ਨੂੰ ਕਹਿੰਦੇ ਨੇ ਜੇ ਕਿਸੇ ਨੂੰ ਹਸਾ ਨਹੀਂ ਸਕਦੇ ਤਾਂ ਕਿਸੇ ਨੂੰ ਰਵਾਇਓ ਵੀ ਨਾ ਜੇ ਕਿਸੇ ਦਾ ਸਵਾਰ ਨਹੀਂ ਸਕਦੇ ਕਿਸੇ ਦਾ ਵਿਗਾੜਿਓ ਵੀ ਨਾ ਜੇ ਕਿਸੇ ਦੇ ਕੰਮ ਨਹੀਂ ਆ ਸਕਦੇ ਤਾਂ ਕਿਸੇ ਦਾ ਕੰਮ ਖਰਾਬ ਵੀ ਨਾ ਕਰਿਓ ਸੋ ਇਹ ਮਾਲਕ ਦੀਆਂ ਗੱਲਾਂ ਹੈ ਜਦੋਂ ਪੱਲੇ ਪੈ ਗਈਆਂ ਉਹ ਆਪੇ ਲੀਹ ਬਣਾ ਦਿੰਦਾ ਤੁਹਾਨੂੰ ਉਹਨੇ ਜੋਗਾ ਕਰ ਦਿੰਦਾ ਤੇ ਉਹ ਕਹਿੰਦਾ ਕਿਸ ਬਾਤ ਕਾ ਰੋਣਾ ਹੈ ਕਿਸ ਬਾਤ ਪੇ ਰੋਤੇ ਹੋ ਕਿਸ ਬਾਤ ਕਾ ਰੋਣਾ ਹੈ ਕਿਸ ਬਾਤ ਪੇ ਰੋਤੇ ਹੋ ਕਸ਼ਤੀ ਕੇ ਮੁਹਾਫਿਸ ਹੀ ਕਸ਼ਤੀ ਕੇ ਮੁਹਾਫਿਸ ਹੀ ਕਸ਼ਤੀ ਕੋ ਡੁਬੋਤੇ ਹੈ ਕਸ਼ਤੀ ਕੇ ਮੁਹਾਫਿਸ ਹੀ ਕਸ਼ਤੀ ਕੋ ਡੁਬੋਤੇ ਹੈ ਕਸ਼ਤੀ ਕੇ ਮੁਹਾਫਿਸ ਹੀ ਕਸ਼ਤੀ ਕੋ ਡੁਬੋਤੇ ਹੈ ਇੱਕ ਗੱਲ ਹੋਰ ਹੈ ਨਾਲ ਜਿਹੜਾ ਜਿੰਨਾ ਜ਼ਿਆਦਾ ਅੰਦਰੋਂ ਟੁੱਟਿਆ ਹੋਊਗਾ ਉਹਦਾ ਹਾਸਾ ਬੜਾ ਖੂਬਸੂਰਤ ਹੋਊਗਾ ਇਹ ਸੱਚ ਹੈ ਠੀਕ ਹੋ ਜਿਉਂਦੇ ਰਹੋ ਲਵ ਯੂ ਉਹਦਾ ਹਾਸਾ ਬੜਾ ਖੂਬਸੂਰਤ ਹੁੰਦਾ ਜਿਹੜਾ ਅੰਦਰੋਂ ਟੁੱਟਿਆ ਹੁੰਦਾ ਉਹਨਾਂ ਲਈ ਗੱਲ ਹੈ ਕੁਛ ਲੋਕ ਜ਼ਮਾਨੇ ਨੇ ਐਸੇ ਵੀ ਤਾਂ ਹੁੰਦੇ ਹੈ ਮਹਿਫਿਲ ਮੇ ਤੋ ਹੱਸਦੇ ਹੈ ਮਹਿਫਿਲ ਮੇ ਤੋ ਹੱਸਦੇ ਹੈ ਤਨਹਾਈ ਮੇ ਰੋਤੇ ਹੈ ਮਹਿਫਿਲ ਮੇ ਤੋ ਹੱਸਦੇ ਹੈ ਤਨਹਾਈ ਮੇ ਰੋਤੇ ਹੈ ਮਹਿਫਿਲ ਮੇ ਤੋ ਹੱਸਦੇ ਹੈ ਤਨਹਾਈ ਮੇ ਰੋਤੇ ਹੈ
ਤੁਹਾਡਾ ਆਸ਼ੀਰਵਾਦ ਤਾਂ ਪਹਿਲਾਂ ਹੀ ਬਹੁਤ ਹੈ ਸਾਡੇ ਤੇ। ਲਵ ਯੂ ਬਾਬਿਓ, ਲਵ ਯੂ, ਦਿਲੋਂ ਸਤਿਕਾਰ। ਛੱਲਾ ਦਰਬਾਰ ਦੇ ਸਜਦਾ, ਦਰਬਾਰ ਦੇ ਸਜਦਾ, ਦਰਬਾਰ ਦੇ ਸਜਦਾ ਵੇ ਤੂੰ ਬਸਾਈਆਂ ਤਾਂ ਵੱਜਦਾ, ਵੇ ਤੂੰ ਬਸਾਈਆਂ ਤਾਂ ਵੱਜਦਾ ਵੇ। ਗੱਲ ਸੁਣ ਛੱਲਿਆ, ਉਹ ਖੜਕੇ ਵੇ ਲੈ ਜਾ ਝੋਲੀਆਂ ਭਰ ਕੇ, 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 ਲੈ ਜਾ ਝੋਲੀਆਂ ਭਰ ਕੇ।